Salam Akbar yesterday. Zarvati me po lovki majlis ko bhi ho chale. Bani Safi Azad Abu Sattari usi to salam ke ki khatir Baba Zabilan salam ko. Ek salawat aisi padhi ke mere raat ke sagira kabhi ra ko naam ho chale. Allah salli ala Muhammad wa ali Muhammad wa sallam farja. اگر اونچی صلوات ہے ایک ڈھیلے کی صلوات ہے اعوذ باللہ من الشیطان الرجیم بسم اللہ الحمدللہ رب العالمین والعاقبۃ للمتقین والجنۃ للمؤمنین بذات بابا جبران صلوات مسکینم و یتیمم و اسیرا باوا جبل السلوا الصلاۃ و السلام علی اشرف الانبیاء والمرسلین باواز بلند الصلوات پاکستان یہ فرمائش ہے پاکستان بنے 14 دے صدقے 14 اگست نو 14 اگست 14 فیگری ایڈا اچھا سی کہ میں کہے 14 اگست نو کو خصوصی کلام ہونا چاہیے ہے میں فرانس تو حسن بھائی ریلیز ہوئے جعفری صاحب 5 to 6 lakh بندیاں ایک کلام سنے اور وکھ ہے آج میرا دل ہے شجاعت پور دے یہ شجاعت رکھن والے مومن انہاں نوں میں سناواں کہ پاکستان 14 دے صدقے بنے تے کیویں بنے ہے وطن میں آزادی کی حیات 14 سے بندہ شیعہ ہوئے ہاتھ لے رہ جا اسے میں نے ہاتھ دی خیر ہوئے کی باجو سے ہاتھ ہی باب زمانہ دے کلمہ تو ہے وطن میں آزادی کی حیات 14 سے ہے وطن میں آزادی کی حیات 14 سے قائد نے پائی ہے یہ خیرات 14 سے آسف ہاتھ دی خیر ہو ہون میں بابا دے شیر بھی نہیں چھوڑنا جعفری صاحب ہون میں ایک شیر بھی نہیں چھوڑنا سر اٹھاؤ حلالیو عرض پاک کی خاطر پیش کی جو تجویزیں جو لکھی ہیں بانی نے
ਪਹਿਲਾਂ ਹੱਥਾਂ ਦੀ ਖੈਰ ਹੋਵੇ, ਇਹਨਾਂ ਹੱਥਾਂ ਦੀ ਖੈਰ ਹੋਵੇ। ਆਜ਼ਾਦੀ ਕੀ ਹਯਾਤ ਚੌਦਾਂ ਸੇ। ਓਏ ਹੋਏ ਲੋ ਭਾਈ ਜਾਨ, ਬਾਜਵਾ ਸਾਹਿਬ ਮੈਂ ਦਲੀਲ ਦੇਣ ਲੱਗਾ ਕਿ ਪਾਕਿਸਤਾਨ 14 ਦੇ ਸਦਕੇ 14 ਅਗਸਤ ਨੂੰ ਬਣਿਆ। ਹੁਣ ਮੈਂ ਦਲੀਲ ਦੇਣ ਲੱਗਾ ਇਸ ਗੱਲ ਦੀ, ਅਸਾਂ ਇਹਨਾਂ ਨੂੰ ਦਿੱਤਾ ਕਿਆ ਹੈ? ਹਾਂ 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 ਸ਼ੀਆਂ ਦਿੱਤਾ ਕਿਆ ਹੈ? ਸਿਰ ਉਠਾਓ ਹਲਾਲੀ। ਹਮਸੇ ਮਿਲਾ ਤੁਮਕੋ ਕੌਮ ਕਾ ਮਸੀਹਾ ਹੈ, ਮਜ਼ਹਬ ਮੇ ਕਾਇਦੀ ਭੀ ਸੁਣ ਲੋ ਕੇ ਸ਼ੀਆ ਹੈ। ਕਿਹੜਾ ਸ਼ੀਆ ਜਿਹਦਾ ਹੱਥ ਲਿਆ, ਕਿਹੜਾ ਸ਼ੀਆ ਜਿਹਦਾ ਹੱਥ ਲਿਆ, ਹੱਥ ਉਠਾ ਕੇ ਭਾਈ ਦੀ ਜ਼ਿੰਦਗੀ ਹੋ ਖੈਰ ਹੋਵੇ, ਭਰਾਵਾਂ ਦੇ ਜੋੜ ਸਲਾਮਤ ਰਹਿ, ਭਰਾਵਾਂ ਦੇ ਜੋੜ ਸਲਾਮਤ ਰਹਿ। ਅੱਲਾਹੁ ਅਕਬਰ ਜੀ, ਫਿਰ ਪੜੂੰ। ਹਮਸੇ ਮਿਲਾ ਤੁਮਕੋ ਕੌਮ ਕਾ ਮਸੀਹਾ ਹੈ, ਮਜ਼ਹਬ ਮੇ ਕਾਇਦੀ ਭੀ ਸੁਣ ਲੋ ਕੇ ਸ਼ੀਆ ਹੈ। ਆਜ਼ਾਦੀ ਕੀ ਹਯਾਤ ਚੌਦਾਂ ਸੇ। ਪਿਛਲਿਆਂ ਸਿਰ ਆਇਆ, ਮੈਂ ਸ਼ੇਰ ਪਿਛਲਿਆਂ ਵਾਸਤੇ ਪੜ੍ਹਨ ਲੱਗਾ। ਕਿਵੇਂ ਹੋ ਸਕਦਾ ਸ਼ੁਜਾਤਪੁਰ ਦਾ ਇੱਡਾ ਅਜ਼ੀਮ ਇਜਤਮਾ ਹੋਵੇ ਅਤੇ ਇੱਥੇ ਕੋਈ ਫੌਜੀ ਨਾ ਬੈਠਾ ਹੋਵੇ? ਮੈਂ ਫੌਜ ਕੋ ਖੈਰਾਜ ਤਹਿਸੀਲ ਪੇਸ਼ ਕਰਨੇ ਲੱਗਾ ਹਾਂ। ਸਿਰ ਉਠਾਓ ਹਲਾਲਿਓ, ਬਹੁਤ ਬੜੀਆਂ ਸਤਰਾ। ਪਾਕ ਸੇ ਜ਼ਮੀਂ ਕੀ ਸ਼ਾਨ, ਫਰੰਟ ਵਾਲੇ ਬੋਲੇ, ਹੀ ਮਾਲ ਹੈ ਦੇ ਹੈ ਫੌਜ ਮੇ ਜੋ ਹੈ ਆਲਾ, ਵੋ ਨਿਸ਼ਾਨ ਹੈ ਦੇ ਹੈ। ਸਦਕੇ ਸਦਕੇ ਇਸ਼ਫਾਕ ਭਾਈ ਕਿਹੜੀ ਜੰਗਲ 'ਚ ਬੁਲਾ ਲਿਆ, ਇਸ਼ਫਾਕ ਭਾਈ ਕਿਹੜੀ ਜੰਗਲ 'ਚ ਬੁਲਾ ਲਿਆ। ਮਾਲਿਕ ਸਲਾਮਤ ਰੱਖੇ, ਇਮਾਮ ਜ਼ਮਾਨਾ ਸਲਾਮਤ ਰੱਖੇ। ਇਹ ਬਾਕਿਰ ਜਾਫਰ ਲਾਈਵ ਚਲਾ ਰਹੇ ਪੂਰੀ ਦੁਨੀਆ ਮੇ, ਮਜਲਿਸ ਹੁਸੈਨ, ਇਧਰ ਬੋਲਣਾ ਵਾਜਬ ਨਹੀਂ ਔਜਬ ਹੈ। ਖੁਦਾ ਗਵਾਹ, ਸਿਰ ਨਾ ਹਲਾਵੇ ਜ਼ੁਬਾਨ ਹਲਾ ਕੇ ਤਾਈਦ ਕਰਿਆ ਹੈ। ਬਹੁਤ ਬੜੀਆਂ ਸਤਰਾਂ ਪੜਨ ਲੱਗਾ। ਯੇ ਖੁਦਾ ਕੀ ਚਾਹਤੀ ਹੈ, ਹਾਲ ਹੋ ਯਾ ਮਾਜ਼ੀ ਹੋ, ਛੋੜ ਦੋ ਸਦਕੇ ਹਸਨ, ਸਦਕੇ ਨਾ ਹੱਥਾਂ ਨਹੀਂ ਖੜ ਹੋਏ, ਸਦਕੇ ਹੱਥ ਉਠਾ ਕੇ ਹੈਦਰ 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 ਭਾਈ, ਮੈਂ ਤਬਲੀਗ ਕਰ ਰਹਾ ਹੂੰ, ਮੈਂ ਤਬਲੀਗ ਕਰੂੰ ਭਈਆ, ਫਿਰ ਬੜਾ। ਯੇ ਖੁਦਾ ਕੀ ਚਾਹਤੀ ਹੈ, ਹਾਲ ਹੋ ਯਾ ਮਾਜ਼ੀ ਹੋ, ਛੋੜ ਦੋ ਉਹਨੇ ਜਿਸੇ ਫਾਤਿਮਾ ਨਾਰਾਜ਼ੀ ਹੋ। ਆਜ਼ਾਦੀ ਕੀ ਹਯਾਤ ਚੌਦਾਂ ਸੇ। ਕੋਈ ਤਬੀਅਤ ਲੱਗੀ? ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ।
ਪਤਾ ਨਹੀਂ ਮੈਨੂੰ ਕਿਸ ਭਾਈ ਆਖਿਆ ਹੈ ਕਸੀਦਾ ਨਮਾਜ਼ 'ਤੇ ਪੜ੍ਹੋ, ਹੁਣ ਮੈਨੂੰ ਪਤਾ ਸਮਝ ਨਹੀਂ ਉਹ ਬੰਦਾ ਕਿੱਥੇ ਗਿਆ, ਨਹੀਂ ਤਾਂ ਮੈਂ ਕਸੀਦਾ ਕੋਈ ਹੋਰ ਪੜ੍ਹਨ ਲੱਗਾ ਜੀ। ਕੌਣ ਸਾ ਵਾਲਾ ਕਿਸੇ ਉਹ ਪੜ੍ਹਦੇ, ਚਲੋ ਉਹ ਪੜ੍ਹਦੇ ਨੇ, ਉਹ ਪੜ੍ਹਦੇ ਨੇ, ਚਾਰ ਦੋ ਲਾਈਨਾਂ ਪੜ੍ਹ ਕੇ ਚੈੱਕ ਕਰਦੇ ਆ ਕੌਣ ਕੌਣ ਸੁਣਨ ਦੇ ਮੂਡ 'ਚ ਬੈਠਾ। ਹਾਂ ਹਾਂ ਆਪਨੇ ਕਹਿ ਦਿਆ, ਮੈਨੇ ਸ਼ੁਰੂ ਕਰ ਦਿਆ, ਅਗਰ ਉਹ ਜਿਸ ਨੇ ਮੁਝੇ ਨਮਾਜ਼ ਕਾ ਕਸੀਦੇ ਕਾ ਹੁਕਮ ਕੀਆ ਤਾ ਅਗਰ ਵੋ ਬੋਲ ਪੜ੍ਹਤਾ ਤੋ ਵੋ ਪੜ੍ਹ ਦੇਣਾ ਥਾ, ਅਬ ਆਪਨੇ ਬੋਲ ਦਿਆ ਤੋ ਮੈਂ ਯੇ ਪੜ੍ਹ ਦੇਤਾ ਹੂੰ ਕਿ ਦਿਲ ਮੇ ਹੋ ਬੁਗ ਸੇ ਫਾਤਿਮਾ, ਜ਼ੁਬਾ ਪੇ ਹੋ ਮੁਸਤਫਾ ਮੁਸਤਫਾ, ਹਜ਼ਾਰ ਸਜਦੋਂ ਕੋ ਖਾ ਜਾਏਗੀ ਇੱਕ ਸ਼ਿਕਾਇਤ ਬਤੂਲ ਕੀ। ਹੱਥ ਹਲਾ ਹੱਥ ਹਲਾ ਕੇ ਸਿਰ ਸਿਰ ਨਾ ਲਾਵੇ, ਸਿਰ ਨਾ ਹਲਾਵੇ, ਹੱਥ ਹਲਾ ਕੇ ਤਾਈਦ ਕਰੇ। ਹਜ਼ਾਰ ਸਜਦੋਂ ਕੋ ਖਾ ਜਾਏਗੀ ਆਪਕੀ ਸਰਦੀ ਲੱਖ ਵਾਰੀ, ਦਿਲ ਮੇ ਹੋ ਬੁਗ ਸੇ ਫਾਤਿਮਾ ਜੀ ਖਾ ਸਾਹਿਬ, ਜ਼ੁਬਾ ਪੇ ਹੋ ਮੁਸਤਫਾ ਮੁਸਤਫਾ, ਤੁਸੀਂ ਫਰਮਾਓ, ਹਜ਼ਾਰ ਸਜਦੋਂ ਕੋ ਖਾ ਜਾਏਗੀ ਇੱਕ ਸ਼ਿਕਾਇਤ ਬਤੂਲ ਕੀ। ਉਹ ਪੜ੍ਹੇਂਗੇ ਨਾ ਇਹ ਕਸੀਦਾ ਗਦੀਰ ਕੇ ਹਵਾਲੇ ਸੇ ਹੋਗਾ ਨਾ, ਕਿਉਂ ਪਰੇਸ਼ਾਨ ਹੋ ਰਹੇ ਹੈ ਕਿ ਯੇ ਕੌਣ ਭੇਜ ਰਹਾ ਹੈ ਹਜ਼ਾਰ ਸਾਲੋਂ ਸੇ, ਬਸ਼ਰ ਜ਼ਮੀਨ ਪੇ ਜੋ ਜੋ ਤੋ ਆਮ ਖਾਤਾ ਹੈ, ਗਦੀਰ ਖੂਮ ਪੇ ਉਠਾ ਹਾਥ ਰਿਸਕ ਦੇਤਾ ਹੈ, ਇਸੇ ਫੁਲਾ ਕੇ ਜੋ ਖਾਏ ਹਰਾਮ ਖਾਤਾ ਹੈ। ਕਿਉਂ ਪਰੇਸ਼ਾਨ ਹੋਣਾ ਹੈ, ਕਿਉਂ ਪਰੇਸ਼ਾਨ ਹੋਣਾ ਹੈ, ਇਹਨਾਂ ਹੱਥਾਂ ਦੀ ਖੈਰ ਹੋਵੇ, ਇਹਨਾਂ ਹੱਥਾਂ ਦੀ ਖੈਰ। ਤੁਸੀਂ ਜੀਓ ਚਾਚਾ, ਤੁਸੀਂ ਜੀਓ ਮਜਲਸਾਂ ਦੀ ਜ਼ੀਨਤ ਹੋ, ਗਦੀਰ ਖੁੰਮ ਪੇ ਉਠਾ ਹਾਥ ਰਿਸਕ ਦੇਤਾ ਹੈ, ਇਸੇ ਭੁਲਾ ਕੇ ਜੋ ਖਾਏ। ਫਾਤਿਮਾ ਮੁਸਤਫਾ ਕੀ ਜ਼ੁਬਾਂ ਹੈ, ਏਡਾ ਫਾਸਟ ਏ ਸੈਟਰੀ ਨੇ ਮੈਂ ਵੇਖਿਆ, ਭੱਜ ਗਏ ਤੇ ਭੱਜ ਗਏ ਤੇ। ਫਾਤਿਮਾ ਮੁਸਤਫਾ ਕੀ ਜ਼ੁਬਾਂ ਹੈ, ਫਾਤਿਮਾ ਮੁਸਤਫਾ ਕੀ ਜ਼ੁਬਾਂ ਹੈ। ਹਾਂਜੀ, ਤੁਹਾਡੇ ਪੁੱਤਰ ਨੂੰ ਬੀਬੀ ਵੱਖਰਾ ਅੰਦਾਜ਼ ਅਤਾ ਕੀਤਾ ਹੈ। ਆਪਕੀ ਸਲਾਮਤੀ, ਆਪਕੀ ਸਲਾਮਤੀ। ਸੋਚੀ ਪਿਆ ਬੰਦਾ ਗਿਆ, ਤੁਸੀਂ ਅਲਾਮਾ ਇਕਬਾਲ ਬਣੇ ਪਏ ਹੋ, ਗੱਲ ਤੇ ਮੁੱਕ ਜਾਂਦੀ ਹੈ। ਫਾਤਿਮਾ ਮੁਸਤਫਾ ਕੀ ਜ਼ੁਬਾਨ ਹੈ, ਜਿਹੜੀ ਜ਼ੁਬਾਨ ਅੱਲਾਹ ਦੀ ਜ਼ੁਬਾਨ ਹੈ। ਖੁਦਾ ਦੀ ਕਸਮੇ ਭਾਈ ਜਾਨ, ਆਪਨੇ ਮੁਝੇ ਹੁਕਮ ਕੀਆ, ਮੈਂ ਹੁਕਮ ਕੀ ਤਮੀਲ ਸੇ ਕਸੀਦਾ ਸ਼ੁਰੂ ਕੀਆ, ਜਿਸ ਬੰਦੇ ਐਸੇ ਕੀਆ ਮੇਰਾ ਯੇ ਦੁਖੇਗਾ। ਫਾਤਿਮਾ ਮੁਸਤਫਾ ਕੀ ਜ਼ੁਬਾਨ ਹੈ ਜਾਫਰੀ ਸਾਹਿਬ, ਭਾਈ ਜਾਨ ਫਾਤਿਮਾ ਜਿਸ ਕੇ ਸੱਚ ਪੇ ਖੜਾ ਕਿਬਰੀਆ ਹੈ। ਕੁਛ ਬੰਦਿਆ ਹੱਥ ਥੱਲੇ ਕਿਤੇ, ਕੁਛ ਬੰਦਿਆ ਫਾਤਿਮਾ ਮੁਸਤਫਾ ਕੀ ਖੈਰ ਹੋਇਆ ਸਾਨੂੰ, ਸਾਡੀ ਭੈਣ ਦੀ ਸਫਾਈ ਕਾਮਲਾ ਤਾ ਫਿਰ ਆਪਕੀ ਸਲਾਮਤੀ ਭਾਈ, ਆਪਕੀ ਸਲਾਮ। ਜਿਸ ਕੇ ਸੱਚ ਪੇ ਖੜਾ ਕਿਬਰੀਆ ਹੈ, ਇਸ ਕੋ ਛੁਟਲਾ ਦੇ ਜੋ ਬੇਹਯਾ ਹੈ। ਓ ਹੋ, ਮੈਂ ਸਦਕੇ, ਮੈਂ ਸਦਕੇ। مجھے مولا کی قسم، اسلم عباس کی قسم، میں تبلیغ کرتا ہوں، فاطمہ مصطفیٰ کی زبان ہے۔ فاطمہ کی بنی ہے گواہی، جس کے باعث خدا کی ہے شاہی، جس مسلمان سے ہو یہ خفا تو اس سے بہتر تو ہے یہ عیسائی، جے کے ذہنوں میں عیسیٰ
حسن بھائی آجا صاحب حکم دی کمی آپ کی جعفری صاحب پتروں کے وقت ویکو تھوڑے ہاتھ میرے بھائی سے بھائی سے فخر بزرگوں کے ہاتھ میرے بھائی سے بھائی سے فخر فاطمہ مصطفیٰ کی اتھے بولنا واجب نہیں اوجب ہے لائیو چل رہی ہے دنیا نو پتا چلے کہ شیعہ تائید کی میں کر دیں لوگ سمجھ دیں کہ پتہ نہیں سیدہ اقباغ واسے دربار گئی آئی آؤ شجاعت پورچ میں دسا کہ بی بی پاک سیدہ کونین کس مقصد کے لیے دربار گئی تھی سر اٹھاؤ حلالی جس کے صدقے میں ہے یہ خدائی وہ فدک لے لے بس یوں ہے آئی دل کے چہروں پہ لعنت لکھی ہے ان کی صورت ہمیں ہے دکھائی میں صدقے مکنی کی گالے تھے جس کے صدقے میں ہے یہ خدائی وہ فدک لے لے بس یوں ہے آئی دل کے چہروں پہ لعنت لکھی ہے ان کی صورت ہمیں ہے دکھائی کفر نسل سے میں جس کی پھلا ہے پھر بڑا پھر بڑا پھر بڑا یہ لائن آخری آپ کی نظر ہے میں نے پڑھنی نہیں تھی یہ آپ کی نظر ہے سر اٹھاؤ حلالی اللہ اکبر سر اٹھاؤ حلالی کفر لس لس میں جس کی بھرا ہے فاطمہ سے گواہ پوچھتا ہے جس کا شوہر خدا کا گواہ ہے حسن بھائی مولا ساری بہن دے نصیب چلے یہ ہاتھ بی بی کے حق کے لیے اٹھ رہے ہیں یہ ہاتھ کسی کے محتاج نہ ہو سید تسی جیو میرے آنے کا مقصد لوگ ہے بھائی زبان کوئی نہیں آتا میں اگوں سردار صاحب کتنے بیٹھے ہیں میں نیکسٹ آواں گا میں سنا دینا ٹھیک مولا سلامت ہے جی اچھا چلو اے ہر وری میں فرمائش کرتا ہے یہ میں زبانی بھی آتا ہے میں پڑھ دینا ابھی میں نے کاپی نہیں کھولی ابھی یہ کھلا ہوا ہے ابھی اچھا ایک بھی نہیں کھلی وہ بس کربلا ہے وہ بس کربلا ہے وہ بس کربلا ہے وہ بس کربلا ہے
لازمی, ایک قصیدہ لازمی. تھوڑی آواز تو کھولے, وہ بس کر بلا ہے, گل تو مک جاندی, وہ بس کر بلا ہے. میرے پاس ریٹ جاتا عرش جس میں سارا سمایا گیا ہے وہ بس ہائے 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 اوئے ہوئے ہوئے اوئے ہوئے ہوئے وہ بس کر بلا ہے. اب شیر پڑھنے کا لطف آئے گا, وہ بس کر بلا ہے. بابا سائیں, چاچا ذاکر جی, وہ بس کر بلا ہے. خان صاحب, وہ بس کر بلا ہے. پھر پڑھیے, عرش جس میں سارا سمایا گیا ہے. اوئے ہوئے ہوئے, اب جعفری شیر پڑھنے کا لطف آئے گا, اب بابا شیر پڑھنے پر لطف آئے گا. شریعت کا سجدہ پکا مانگتا ہے کہ کعبہ جہاں سے شفا مانگتا ہے, جہاں پر خدا بھی دکھایا گیا ہے. ہیروے ہیروے سنبھا ہیروے سنبھا مولا سلامت حسن بھائی. شریعت کا سجدہ مکہ مانگتا ہے کہ کعبہ جہاں حسن بھائی میرا پسندیدہ شعر, سردار صاحب میرا پسندیدہ شعر ہے. جہاں جہاں فاطمہ پاتی ہے وہاں موت بھی دے کہ یہ کانپتی ہے, جہاں ہر یزیدی مٹایا گیا. بہت شکریہ سردار. اچھا ایک طبیعت ہوئے تھے, راضی ہو بھائی جان؟ چلو آپ نے بہت ساری فرمائشیں کی, یہ ایک میری فرمائش. مولا سرکار امام زین العابدین علیہ السلام, سکھر پڑھا ہے میں نے حسن بھائی, میں نے سکھر پڑھا ہے اس علم عباس کی قسم, ایک ایک لائن پہ پنڈال کھڑا ہوا ہے. 15 ذوالحج کو پہلی دفعہ پڑھا ہے, یہ دوسری مرتبہ پڑھنے لگا. ابھی یہ کاپی پہ نہیں, ابھی کمپیوٹر سے نکالا ہے اور ایسے ہی رکھا ہوا ہے میں نے, تو اب یہ ایسے ہی میں آپ کو سنا رہا ہوں. سرکار کو ایک بندہ آیا, دا مولا میں وطن تو دور سا, میں واپس آیا, میرا باپ اس دنیا فانی تو انتقال کر گیا. اے گل سمجھ آئے گی تو قصیدہ سمجھ آئے گی. مولا میرے باپ کو لو میری ایک امانت سی,
ਬਾਦਸ਼ਾਹ ਤੁਸੀਂ ਫਰਮਾ ਸਕਦੇ ਹੋ ਕਿ ਮੇਰੀ ਅਮਾਨਤ ਕਿੱਥੇ ਵੇ? ਸਰਕਾਰ ਇਮਾਮ ਜ਼ੈਨੁਲ ਆਬਦੀਨ ਫਰਮਾਇਆ, ਆਜ ਰਾਤ ਦੋ ਰਕਤ ਨਮਾਜ਼ੇ ਜ਼ਿਆਰਤ ਅਮੀਰ ਕਾਇਨਾਤ ਪੜ੍ਹੋ, ਤੁਹਾਡੀ ਅਮਾਨਤ ਤੁਮੇ ਮਿਲ ਜਾਏਗੀ। ਬਾਦਸ਼ਾਹ ਮੈਂ ਤੁਹਾਡਾ ਸ਼ੀਆ, ਮੇਰਾ ਬਾਪ ਤੁਹਾਡਾ ਸ਼ੀਆ ਨਹੀਂ ਸੀ। ਬਾਦਸ਼ਾਹ ਫਰਮਾਇਆ ਫਿਰ ਵੀ ਦੋ ਰਕਤ ਨਮਾਜ਼ ਜ਼ਿਆਰਤ ਅਮੀਰ ਕਾਇਨਾਤ ਪੜ੍ਹੋ। ਉਸਨੇ ਹਸਨ ਜੀ ਐਸੇ ਹੀ ਕੀਤਾ, ਦੋ ਰਕਤ ਜ਼ਿਆਰਤ ਅਮੀਰ ਕਾਇਨਾਤ ਨਮਾਜ਼ ਪੜ੍ਹੀ, ਸੁੱਤਾ ਅਲੀ ਬਾਦਸ਼ਾਹ ਖਾਬ ਚ ਆਏ। ਬਾਦਸ਼ਾਹ ਫਰਮਾਇਆ ਉਠੋ, ਜਾਓ ਆਪਣੇ ਬਾਪ ਸੇ ਖੁਦ ਆਪਣੀ ਅਮਾਨਤ ਲੈ ਲਓ। ਹਾਏ 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 ਹਾਏ, ਓ ਮੈਂ ਸਦਕੇ, ਓ ਮੈਂ ਸਦਕੇ, ਓ ਮੈਂ ਸਦਕੇ। ਬਾਪ ਸੇ ਖੁਦ ਆਪਣੀ ਅਮਾਨਤ ਲੈ ਲਓ। ਇੱਕਦਮ ਖੜਾ ਹੋਇਆ ਸਰਕਾਰ ਅਲੀ ਬਾਦਸ਼ਾਹ, ਹਵਾਵਾਂ ਨੂੰ ਹੁਕਮ ਕੀਤਾ ਹੈ ਇਸ ਨੂੰ ਵਾਦੀਏ ਬਰਹੂਦ ਦੇ ਕਬਰਸਤਾਨ 'ਚ ਛੋੜਾਓ। ਸਰਦਾਰ ਸਾਹਿਬ, ਇਹ ਵਾਦੀਏ ਬਰਹੂਦ ਦੇ ਕਬਰਸਤਾਨ 'ਚ ਹਵਾਵਾਂ ਨੂੰ ਛੱਡਿਆ ਹੈ, ਉੱਥੇ ਇੱਕ ਸਿਆਹ ਰੰਗ ਦਾ ਕਾਲਾ ਕੋਲੇ ਦੀ ਅਮਾਨਤ ਬੰਦਾ ਮਿਲਿਆ। ਉਸਨੇ ਕਿਹਾ ਇਹ ਤੁਹਾਡੀ ਅਮਾਨਤ ਹੈ। ਉਸਨੇ ਅਮਾਨਤ ਲੈ ਕੇ ਉਸਨੇ ਕਿਹਾ ਮੈਨੇ ਤੁਮੇ ਪਹਿਚਾਨਾ ਨਹੀਂ, ਤੁਮ ਕੌਣ ਹੋ? ਉਹ ਜਿਹੜਾ ਕੋਲੇ ਦੀ ਅਮਾਨਤ ਬੰਦਾ ਸੀ ਉਹਨੇ ਆਖਿਆ ਮੈਂ ਤੇਰਾ ਬਾਪ ਹਾਂ। ਉਹਨੇ ਆਖਿਆ ਬਾਬਾ ਤੁਸਾਂ ਤਾਂ ਬੜੇ ਹਸੀਨੋ ਜਮੀਲ ਸੋ, ਤੁਹਾਨੂੰ ਕੀ ਹੋ ਗਿਆ? ਉਸਦੇ ਪਿਓ ਜਿਹੜਾ ਜਵਾਬ ਦਿੱਤਾ ਸੁਣਾਵਾ। ਕਾਸ਼ ਮਰਲੇ ਸੇ ਕਬਰ ਮੈਂ ਭੀ ਅਲੀ ਕਾ ਸਲਾਮਤ ਰਹੇ। ਹਾਏ ਹਾਏ ਹਾਏ, ਸਦਕੇ ਹੱਥਾਂ ਦੀ ਖੈਰ ਹੋਵੇ। ਕਾਸ਼ ਮਰਲੇ ਸੇ ਕਬਰ ਮੈਂ ਭੀ ਅਲੀ ਕਾ ਹੋਤਾ, ਕਾਸ਼ ਮਰਲੇ ਸੇ ਕਬਰ ਮੈਂ ਭੀ ਅਲੀ ਕਾ ਹੋਤਾ, ਬੁਗਸੇ ਹੈ ਦੇ ਕੀ ਤਪਸ਼ੀ ਸੇ ਨਾ ਫਿਰ ਜਲਾ ਹੋ। ਜਾਫਰੀ ਨਾ ਹੱਥਾਂ ਦੀ ਖੈਰ ਹੋਈ, ਹੈਲਪ ਕਰਨੇ ਕਾ ਸ਼ੁਕਰੀਆ, ਬਹੁਤ ਸ਼ੁਕਰੀਆ, ਨਾ ਹੱਥਾਂ ਦੀ ਖੈਰ ਹੋਵੇ। ਓਏ ਹੋਏ ਓਏ ਹੋਏ, ਹੁਣ ਮੇਰੀ ਮਾਫੀ ਨਾਲ ਗੱਲ ਹੈ, ਦੂਸਰੇ ਬੰਦੇ ਨੂੰ ਛੁੱਟੀ। ਉਹ ਸਬਾਬ ਉਹਦੇ ਪਾਸੇ ਦੇਖ ਕੇ ਕਿਹੜੀ ਗੱਲ ਕੀਤੀ ਆਈ? ਕਾਸ਼ ਗਲੀਓ ਸਾਰੇ ਨਬੀਓ ਸੀਲਾ ਮੇਰਾ ਚੂਮਾ ਹੋਤਾ, ਕਾਸ਼ ਮਰਲੇ। ਅੱਛਾ, ਕਾਸ਼ ਦੇ ਦੋ ਮੀਨਿੰਗਸ ਨੇ, ਇੱਕ ਕਾਸ਼ ਪਛਤਾਵਾ, ਇੱਕ ਕਾਸ਼ ਹਸਰਤ। ਇਹ ਜਿਹੜਾ ਕਾਸ਼ ਯੂਜ਼ ਕੀਤਾ ਹੈ ਮੈਂ, ਇਹ ਪਛਤਾਵਾ ਹੈ। ਹਾਏ 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 ਹਾਏ, ਕਿੱਥੇ ਕਿੱਥੇ ਪਛਤਾਇਆ, ਸਿਰ ਉਠਾਓ, ਹਲਾ ਲਿਓ। ਆਪਣੇ ਬੇਟੇ ਦੇ ਪਾਸ ਜਿਹੜੇ ਅੱਗੇ ਕਿਹੜੀ ਗੱਲ ਕੀਤੀ ਆਈ? ਕਾਸ਼ ਪੜ੍ਹ ਲੇ ਹੱਥਾਂ ਦੀ ਖੈਰ। ਆਪਣੇ ਪੁੱਤਰ ਦੇ ਪਾਸ ਜਿਹੜੇ ਅੱਗੇ ਕਿਹੜੀ ਗੱਲ ਕੀਤੀ ਆਈ? ਚਲ ਦਿਆ ਹੋਤਾ,
ਓਏ ਹੋਏ ਹੋਏ ਅੱਲਾਹ ਅਕਬਰ। ਉਸ ਦਾ ਬਾਪ ਆਉਂਦਾ ਹੈ ਜਿਹੜਾ ਸਭ ਤੋਂ ਵੱਡਾ ਅਮਲ ਹੈ ਜਿਹਦੀ ਵਜ੍ਹਾ ਨਾਲ ਮੈਂ ਇਸ ਨਹਿਜ ਤੇ ਪਹੁੰਚਿਆ। ਦਸਾਂ ਜਿਹੜਾ ਉਸਨੇ ਆਖਿਆ ਜਿਸ ਅਮਲ ਦੀ ਵਜ੍ਹਾ ਨਾਲ ਮੈਂ ਇਸ ਨਹਿਜ ਤੇ ਪਹੁੰਚਿਆ। ਆਪਣੇ ਪੁੱਤਰ ਦੇ ਪਾਸ ਦੇਖ ਕੇ ਕਿਹੜੀ ਗੱਲ ਕੀਤੀ ਆਈ ਕਾਸ਼ੀ ਜ਼ਹਿਰਾ ਹੱਥਾਂ ਦੀ ਖਾ ਰਹੇ ਓਏ ਹੋਏ 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 ਸਦਕੇ ਨਾ ਹੱਥਾਂ ਦੀ ਖਾ ਰਹੇ ਕਾਸ਼ੀ ਜ਼ਹਿਰਾ ਕੇ ਮੈਂ ਦੁਸ਼ਮਣ ਪੇ ਤਬੱਲਾ ਕਹਿਤਾ ਮੇਰੇ ਇਸ ਅਮਲ ਮੇਂ ਸ਼ਾਮਿਲ ਵੋ ਖੁਦ ਖੁਦਾ میں شامل وہ خود خدا ہوتا کیسا قصیدہ سی میری فرمائش کیسی تھی اچھی فرمائش میرے اسم میں شامل وہ خود خدا ہو مولا تو جی جی بہت شکریہ بھائی بہت شکریہ بس ایک قصیدہ ان پاس ہی پاس ہے یہ آپ نے کرنا ہے اس کو صحیح ہے نا پھر تو رکھ لے تین مولا دا واسطہ میں تو چار کلیاں پڑھ لینے ہوں نبی پاک صلی اللہ علیہ وسلم اپنا پہلا تے آخری حج کر کے غدیر خم تے سجا قدم رکھے آئے ہائے ہائے سر نہ ہلاوے سر نہ ہلاوے سر نہ ہلاوے آج عید ہے میں تانوں نہیں آندا مینوں عید دو وہ ہاں تسی دعا دے دو وہ اے جنے وڈے وڈے سردار مولا نے دیتے اے باویں دین عید اللہ بھی دین تے خیر سجا قدم غدیر دے مقام تے رکھے اللہ فرمایا جبریل جلدی جا میرے محبوب نو آکھے تو دوجا قدم نہ چاہیے ہائے 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 جس بندے سر لایا اس مولا ہی وارث سے اتھو دوجا قدم اس وقت تک نہ چاہیے جب تک علی دی ولایت دا اعلان نہیں ہو جاندا سرکار جبریل آئے بہت اللہ دا مقرب فرشتہ آئی اس نوں سلام ہے ایویں گل ہے نا سرکار جبریل آ کے پیر پھڑ لے سرکار فرمایا ہے جبریل خیر تو ہے اج تو ڈائریکٹ آ کے میری پیر ہی پھڑ لے سرکار جبریل فرماتے ہیں اللہ کا سونا نبی اللہ کا محبوب نبی آج میرے اللہ کی طرف سے بہت امپورٹنٹ پیغام ہے بہت امپورٹنٹ میسیج ہے جو میں آپ کو دینا چاہ رہا ہوں گل دا ہوں لطف لینا ہے سرکار فرمائے جبریل پیر چھٹ میں خود اللہ نہ گل کرتا آئے 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 صدقے ہاں ہاں اگر اتنا امپورٹنٹ میسیج ہے اتنا ضروری پیغام ہے تو میں خود رحیم اللہ نہ گل کرتا اپنے سونے اللہ سرکار جبریل پیر چھٹن رسول خدا صلی اللہ علیہ وآلہ وسلم اللہ رب العزت کا نمبر ملا ہے 5 12 14 5 12 14 میں منظر کشی کر رہا غدیر کے مقام پہ غدیر ہے بھی منظر کشی 5 12 14 رحیم اللہ کریم اللہ خیر تو ہی جبریل کو اتنا ارجنٹ پیچھے جڑا اللہ رب العزت پیغام دیتا سنائیے دین اکمل کرے نبی حاجیوں کو رکاؤ یہاں پر دین اکمل کرے نبی حاجیوں کو رکاؤ یہاں پر دین اکمل کرے نبی حاجیوں کو رکاؤ یہاں پر دین اکمل کرے نبی حاجیوں کو
भाइयों को रुकाओ यहाँ पर, जिसका मकर जहला एला उसका कलमा पढ़ाओ यहाँ पर। हाय 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 सदके ना हाथा दिखा रहे सदके। हूँ ऐसा एक शेर भी नहीं छोड़ना, ऐसा एक शेर भी नहीं छोड़ना। सरकार फरमाया रहीम अल्लाह, फरमाया रहीम अल्लाह मैनु गल दी समझ आ गई। मौला मैनु दसो करीम अल्लाह रहीम अल्लाह मैं करना किमें किमें आ। अल्लाह रब्बुल इज्जत अपने सोने पैगंबर दे पास लेके केड़ी गल कीती आई, तक्ते सा पलानो कहो आज है सारे दिखाओ यहाँ। होय 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 दीन की आस्ती में छुपे, दीन की आस्ती दीन की आस्ती में छुपे सांप सारे किथे चल रहे हैं जल्दी आ। दीन की आस किसी और भी पूछ ले, और भी किसी ने पूछ ले। दीन की आस ती में छुपे बाबा साईं सांप सारे दिखाओ यहां पर। पलानिया का मिंबर लग गया, दोवें भरा मिंबर ते खड़े हो गए। अल्लाह रब्बुल इज्जत वे कहने किड्डे सोने पे लगदे दोवें भरा, फकत दोवें भरा। अल्लाह दोवें भरावां दा तारुफ करा के केड़ी गल कीती आई, फखर मूसा है सल्ले अला फखर हारून है मुर्तदा, जो है वाजिब रिसालत पे भी ऐसा कानून है मुर्तदा, हाथ ऊंचा अली का करो और नबूवत बचाओ यहाँ पर। अब सही बात, एक मिनट, काश आज मुंसर मेहंदी दे पार होंदे, मेरा पूरा खदीर एक पासे, मेरी एक लाइन एक पासे, मेरा पूरा खदीर एक पासे, आज दी रात कल दी रात एक पासे, मेरी एक लाइन एक पासे। ऐलान हो गया, मन कुन तो मौला हो फहाजा, नबी फरमाते हैं जिस चीज का मैं मौला उस सदाए। नहीं नहीं तुम्हारी आवाज आज गदीर दे मुकाम ते पहुंचनी चाहिए। नबी फरमाया जिस चीज का मैं मौला उस सदाए, सही हाथ उठा के आखड़ा है, हाथ उठा के आखड़ा है। नबी फरमाया जिस चीज का मैं मौला उस सदाए, अजय तो इमाम बार का क्रॉस नहीं किया, थोड़ा होर जोर लाओ। नबी फरमाया जी जिस दा मैं मौला ओ सुसदाए, थोड़ा होर जोर लाओ, तुसी भी लाना है बाबा जी बलंद आखो। नबी फरमाया जी जिस दा मैं मौला ओ सुसदाए, अली मौला माँ ने दुध ना दली पढ़ के पिलाया तो बंदा जमीन बाल के पवे हो ही नहीं सकता। जो दो ऐलान हो गया ना जिस जिस दा मैं मौला ओ सुसदाए अली मौला, तीन चार बंदे साइड ते हो गए। तुहाडे पिछे नमाज़ा पढ़िया सजदे कीते, सजदियां दा नाम आया हसन, इना दीवारा च भी अली अली दीवार आनी, सजदियां दा नाम आया। नबी उन्हां तीन चार बंदियां दे पासे एक एक गल कीती आई, तुमने सजदे किए हैं जिसे ये अली उसकी तस्वीर है। कड़ा हाथ लिया, कड़ा शिया दा हाथ लिया, अब उठा के सदके नबी उन्हें तीन चार बंदे के पास देख के गल की आई, तुमने सजदे किए हैं जिसे
अली जैसा तो लाओ यहाँ पर। जाओ नबियों में भी ढूंढ कर, अली जैसा तो लाओ। बहुत शुक्रिया लाकिर जनाब, सैयद साजिद बुखारी साहब तशरीफ लाए, मालिक जिंदगी दराज फरमाए, सफर बखैर होवन, हर अजादार हर मादमी हर जागिर दी मौला माफ़। बस इन्हों का इंतज़ार है, काफ़ी पढ़ गया, बहुत पढ़ गया, बहुत शुक्रिया हौसला अफजाई करन दा। बस भेड़ आई है फिरा दिलाश से, तुसी हाय कीती तुहाडे नसल हसन भाई, तुसी हाय कीती तुहाडी नसल आबाद। ए बाजवा साहब इंज हाई अपनी कोड़ियां दे नाल भिरा दी लाश तो पत्थर हटाया सी, मत टूटे नेज़े हटाया सी। चाचा जाकर हुसैन जी हाय इंज करे जिवें कोई जनाजा पे उठदा होवे, कोड़ियां दे नाल पत्थर हटा के बीबी रो कहंदी हुसैन वीर मैनू दस मैं तेनू क्या आके रोवां, मुस्लिम करबला दी लाश हली लाश आवाज है भेण मैनू रही से बदीना आके रोवां। हाय कर दे हाय कर दे भेड़ मैनू नवाबे करबला आके रो, शुजातपुर वाले और नवाबे करबला का नाम आया भेड़ फिरा दे पास लेके दी हुसैन उठता सही नवाबा दिया भेड़ हुसैन उठ के वेखता सही अल्लाह एक कुरलाना है सुनत सजाद है नवाबा दिया भेड़ा। मैं हसन भाई एक वैन कर लगा, अगर वैन समाप्त कर लिया तो थोड़ा मुसाहिब पढ़ लवांगा। मेरे हिस्से का ये हकीकत रोण है, ये अकीदत का रोण है, मेरे हिस्से का मुसाहिब हो गया पहली गलते ही जब मैं आख्या ये भेड़ आई ये भेरा दी लाश थी। एक वैन कर लगा, अगर समाप्त कर लिया तो थोड़ा जो होर पढ़ ले सा, क्योंकि रोवन नाल मकसद है ना, एक कदहान आ जाए थोड़ी मेरी अकबत वास्ते काफ़ी है। पहुंच शान मनाए शान दे मेरा एक बई कत्ल करा के हाय की तेरी ना सर जी बाबा जी बाबा एक कुरलावना सही अदा कबूल करे ओ क्या में लोग करे ले मेहमान लखवारी लखवर क्या ही में लोग करे ले मेहमान लो फकत हाय कर दे भी मेरिया मावा भेड़ा परदे च बैठे एक जुमला आ गया दे आखो इजाजत आखा ओ क्या ही में लोग करे ले मेहमान लो फकत हाय कर दे बजाफरी साहब फकत हाय कर पहुंच श्याण मनाए आया श्याम मेरिया फूफिया कैद करा के जिस हाई की दी तेरी नसल आबाद रहे जिस हाई की दी तेरी नसल आबाद रहे ओ क्या ही में लोग करे ले मेहमान रूहानियत अच्छा क्या ही में लोग करें ले मेहमान लो अच्छा तेरी हाय सुन के एक जुमला आखा धिया ले बैठे हो भेड़ी वाले बैठे पहुंच शान मनाए श्याम मेरी भेड़ का
ਤੁਰਲਾ ਕੇ ਰੋਣਾ ਸੁਨਤ ਸਜਾਦ ਹੈ ਹਾਏ ਕਰਕੇ ਰੋਣਾ ਜਿੰਦੇ ਇਜਾਜ਼ਤ ਪਾ ਪੰਜ ਸੱਤ ਮਿੰਟ ਮੁਸਾਹਿਬ ਪੜਾ ਜ਼ਿਆਦਾ ਦੇਰ ਨਾ ਬਿਠਾ ਸਕ ਸੱਕੇ ਜਾਵਾ ਸਿਪਾਹੀ ਟੁਰਦਾ ਟੁਰਦਾ ਜ਼ਿੰਦਾ ਅੱਛਾ ਅੱਛਾ ਕਿਆ ਇਵੇਂ ਲੋਕ ਕਰੇ ਲੈ ਮਹਿਮਾਨ ਲੋ ਲੋਕ ਕਰੇ ਲੈ ਮਹਿਮਾਨ ਲੋ ਹੁਣ ਸੁਣ ਸੋ ਤੁਸਾਂ ਸੁਣ ਸੋ ਸ਼ਹੀਦਾਂ ਦੀ ਗੁਰਬਤ ਸੁਣ ਸੋ ਬਹੁਤ ਰੂਹਾਨੀਅਤ ਬਾਜਵਾ ਸਾਹਿਬ ਸ਼ਰੀ ਹਜਾਦ ਮੁਸ਼ਕਲ ਤਰੀਨ ਦੁਆ ਦਿਲ ਚ ਰੱਖ ਕੇ ਪਵੇ ਬਹੁਤ ਰੂਹਾਨੀਅਤ ਸਿਪਾਹੀ ਟੁਰਦਾ ਟੁਰਦਾਸ ਨਾ ਤੇ ਬੂਹੇ ਤੇ ਆ ਕੇ ਰੁਕ ਗਈ ਏ ਤੁਸੀਂ ਆਖਿਆ ਵਾਹ ਗੁਰਬਤਾ ਸੁਣ ਸੋ ਜੁਮਲਾ ਜ਼ੰਜੀਰਾਂ ਨੂੰ ਹਲਾ ਕੇ ਆਂਦਾ ਜਾਗ ਸੈਦਾਂ ਦਾ ਮੈਂ ਤੋਂ ਲੈਦਾ ਜਾਗਦਾ ਹਾਂ ਜਵਲਾ ਦਲਾਣ ਹੋਇਆ ਲੁੱਟ ਲੋ ਸੈਨਾ ਦਾ ਪੁਰਖਾ ਜਿਸ ਬੰਦੇ ਹਾਈ ਨਹੀਂ ਕੀਤੀ ਆਪਣੇ ਗੁਨਾਹ ਦੀ ਮਾਫ਼ੀ ਮੰਗੇ ਮੌਲਾ ਭੈਣਾਂ ਦੇ ਵਕਤ ਤੋਂ ਮਣੀ ਪੰਜ ਸਾਲ ਦੇ ਪੁੱਤਰ ਨੂੰ ਮਿੱਟੀ ਤੇ ਸਮਾਈ ਆਪਣੇ ਨਾਲ ਸਮਾਈ ਵਿੱਚ ਜਾਫਰੀ ਸਾਹਿਬ ਸਰਕਾਰੇ ਬਾਕਰ ਦਾ ਮੋਢਾ ਹਲਾਕਿਆ ਬਾਕਰ ਜਾਗ ਬਾਕਰ ਜਾਗ ਬਾਕਰ ਸਿਰ ਚ ਆਇਆ ਬਾਬਾ ਕਿਨ ਤਿਆਰ ਹੈ ਬਾਕਰ ਲਾਲ ਪੇਸ਼ੀ ਸਰਕਾਰੇ ਬਾਕਰ ਫਰਮੈਂਦੇ ਬਾਬਾ ਕਹਿਣਾ ਚ ਨਜ਼ਰ ਦੌੜਾ ਕੇ ਵੇਲਾ ਸ਼ਰੀਫਾਂ ਦੀ ਪੇਸ਼ੀ ਦਾ ਹਸਨ ਭਾਈ ਟੁਰਨ ਇਮਾਮ ਅੱਛਾ ਤੁਸੀਂ ਹਾਏ ਕੀਤੀ ਮੈਨੂੰ ਮੌਲਾ ਦੀ ਕਸਮੇ ਮੈਂ ਵੈਨ ਬਹੁਤ ਘੱਟ ਪੜਦਾ ਲੇਕਿਨ ਤੁਹਾਡੀ ਹਾਏ ਤੁਹਾਡਾ ਕੁਰਲਾੜਾ ਸੁਣ ਕੇ ਟੁਰਨ ਇਮਾਮ ਜਿਹੜੀ ਫਿਰਾ ਦੀ ਨਸਲ ਦੀ ਜਾਮਣ ਬੜ ਕੇ ਆਈ ਰੋਕ ਦੀ ਵੇ ਸੱਜਾ ਕਿਨ ਤਿਆਰ ਸਰਕਾਰੀ ਸਜਾਦ ਫਰਮੈਂਦੇ ਫੁੱਫੀ ਅੰਮਾ ਪੇਸ਼ੀ ਤੇ ਸੈਨ ਫਰਮਾਇਆ ਸਜਾਦ ਮੈਂ ਤੇਰੇ ਪਿਓ ਦੀ ਆਦੀ ਭਾਈ ਵਾਲਾ ਅਗਰ ਕੋਈ ਉਹ ਚੀਜ਼ ਬਣ ਪਵੀ ਮੈਨੂੰ ਹੱਕਲ ਮਾਰੀ ਮੈਂ ਅਲੀ ਬੜ ਕੇ ਤੜੀ ਕੰਡ ਦੇ ਪਿੱਛੋਂ ਆਵੇ ਸਾ ਇਸ ਬੱਚੇ ਨੂੰ ਬਿਠਾਓ ਇਸ ਬੱਚੇ ਨੂੰ ਟੁਰੇ ਨੀ ਮਾਮ ਉਸ ਲਈ ਇਹਨੇ ਪਹਿਲੀ ਵਾਰੀ ਕੁਰਸੀ ਛੋੜੀਏ ਤੁਹਾਡਾ ਪਿਆਰ ਵੇਖ ਕੇ ਮੈਂ ਵੈਨ ਪੜ ਲੱਗਾ ਤੁਹਾਡਾ ਕੁਰਾਣਾ ਵੇਖ ਕੇ ਵੈਨ ਪੜ ਲੱਗਾ ਹਸਨ ਭਾਈ ਹੁਸੈਨ ਦਾ ਜ਼ਖਮੀ ਬਚੜਾ ਇੱਥਾ ਬੋ ਭਾਈ ਜਾਨ ਤੁਹਾਡੇ ਤੇ ਮੇਰੇ ਚੌਥੇ ਮਾਮ ਦੀ ਜ਼ਖਮੀ ਕੱਢ ਦੇ ਵਾਰ ਦੇ ਨਾਲ ਉਸਲੇ ਮੇਰਾ ਇਮਾਮ ਰੋਕਿਆ ਤੇ ਕੁਛ ਸ਼ਰਮ ਨਹੀਂ ਆਦੀ ਉਹ ਈ ਨਜਸ ਜਗਾ ਦੇ ਉਹ ਮੇਕੋ ਕੁਰਸੀਆਂ ਦੇਂਦਾ ਕਈਆਂ ਇੱਥਾ ਕਈ ਘੰਟੇ ਪਾਬੰਦ ਥੀ ਕੇ ਮੇਰੀਆਂ ਫੁੱਫੀਆਂ ਖੜੀਆਂ ਨਹੀਂ ਹਾਇਆ ਨਹੀਂ ਹਾਇਆ ਭਜੇਂਦ ਰਹੇ ਮੇਰੀਆਂ ਥਲੀਆਂ ਜ਼ਖਮੀ ਬਹੁਤ ਰੂਹਾਨੀਅਤ ਇਸ ਬੱਚੇ ਨੂੰ ਬਿਠਾਓ ਮੁਸਾਹਿਬ ਹੁਣ ਸ਼ੁਰੂ ਕਰਨ ਲੱਗਾ ਬਾਜਵਾ ਸਾਹਿਬ ਮੁਸਾਹਿਬ ਹੁਣ ਸ਼ੁਰੂ ਕਰ ਇਹ ਤਾਂ ਤਮਹੀਦ ਬਣੀ ਆਈ ਮੈਂ ਕਦੀ ਸੋਚ ਕੇ ਨਹੀਂ ਆਇਆ ਜੇ ਪੜ੍ਹ ਸਾ ਮੈਂ ਮੋਮਨੀਨ ਦੇ ਪਿਆਰ ਦੀ ਵਜ੍ਹਾ ਨਾਲ ਪੜ੍ਹਦਾ ਮੋਮਨੀਨ ਦੀ ਮੁਹੱਬਤ ਦੀ ਵਜ੍ਹਾ ਨਾਲ ਪੜ੍ਹਦਾ
चाहे डेढ़ घंटा हो जाए, दो घंटे हो जान, लेकिन आदा सजाद तेरिया कैदा रहाएं, मर्जी वतन तजोल मर्जी इथरो सैयदा मैं मकतूला मैं फातिहा, मेरिया कुछ शर्त हैं, मेरिया कुछ मर्जियां हैं, मैं कुछ शौदा है कर बला ते साड़ी ते जावन, मैं कुछ लैदा मकान दिता जावे, मैं राज के फिरा करूंगा। लेना दा सजा सारिया गल्ला मनसा तेरे प्यू दा सारिया ते गुड़े सा, हुण भेण दा इस्तकलाल वेखी, भेण दी मुहब्बत वेखी, इसी भेण बुलावे फिरा लगा जावे, सुनता रहा छतरी इशारा चिती ते भेण बुलाया फिरा बोले, आज तेरे प्यू दा सर संदूक च बंद करे सा, भेण बुलावे फिरा लगा जावे, वरना सर ना डे सा, बाबा साहिब टुरे नी मां दीवार दे नाल मत्था मार के अंदर फूफी अम्मा उमती मोर जमक दिल सजाद केड़ी गल, पियमा फेरा दसन सदू च बंद हो सिया, बोले से आते आसिया शुजात बोराले उठिए मल मुसाहब राग गया दिए सजाद होते मेरा अपना फिरा है मैं आका ते शाम टुंडी आवे सबके जस हाय कीती तेरी हाय कबूल करे, जस हाय कीती तेरी हाय कबूल करे, उत्ते मेरा अपना फिरा है मैं आका ते शाम टुट दिया सदून ताला चाबी यजीद कोल अदा सजाद हुण फुफी नु आग फिरा कुसन। बाबा सही अब्दुल्ला इब्ने अता ना नोट कर लवे जिदी सरा ते ड्यूटी लगी आई हसन जी, इसने अब्दुल्ला नु हुक्म कीता है शब्बीर दा सर घेलना, हाय हाय अब्दुल्ला ने चाबी चाती आई संदूक दा ताला खोलया क्याड़े दया का शबीर दा सर नजर लिया ख्याल की दस मारा वैसा बड़ा कीमती सारे और जवान बुजुर्ग अब्दुल्ला ने सर नु अगे पीछे की दस क्याड़े है शहीदों मंदे बाद का शबीर दा सर अकबर दे सर दे नाल लगा होए हौले हौले आवाज आया जाके लाल लैला बिलन आई आई बीबी रो के आंदी अकबर दा बाबा भेण थक पई आई अकबर दा बाबा भेण थक पई आई बाबा साईं आका शबीर दा सर हवा च परवाज करना शुरू कर पूरे शाम दा चक्कर कटा माया दिया मसरात में कोई शबीर आ गया है आका शबीर दा सर झुकदा झुकदा जमना तो बुरे ते आके रुक गया है एक बीवी उठी है रो के आ दिया लाड़ा चैन पे औलाद भेड़ दी झोली हाजिर है आका शबीर दा सर नहीं आया एक बीवी भी उठी है रो के आ दिया लाड़ा चैन पे औलाद भेड़ दी झोली हाजिर है आका शबीर दा सर नहीं आया एक बीवी उठी है लाड़ा चन्ने पाजी भेण जी झोली हाजर है आका शबीर दा सर लिया इवे मसूरा तुम मुसाहब सैन पीरा दे हाथ ला के आने उठी बो फेरा थक पी आई मैनु सलमे अब्बास दी कसम है मेरिया मावा भेड़ा परदे च बैठिया जिन्हां दी मुश्किल तरीन तू मावा कबूल नहीं हुंदियां मैं कब्रे हुसैन ते खड़ा 14 दी कचहरी च खड़ा फकत हाय करके पेन लवी फकत हाय करके अगर ना होवे तेरे हाथों सल मेरा गिरबान हो सी उठी वो भेरा थक भी आई उठिया मोल मुसैब आका शबीर दा सर झुकदा झुकदा भेंड सर दबो सड़ित झुकदा झुकदा भेंड दी झोली चाहिए बड़ी मुद्दत बाद आका शबीर दा सर भेंड दी झोली चाहिए सजो डेंदा है खबो डेंदा है के कु तलाश रेंदा है सही